ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਨਮਸਕਾਰ, ਅਦਾਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡੇ ਮਨਪਸੰਦ ਦਾ ਪ੍ਰੋਗਰਾਮ, ਸ਼ੋਅ ਦਾ ਨਾਮ ਹੈ ਜੀ ਕੰਟੀਨੀ। ਚਲੋ ਜੀ, ਅੱਜ ਰੌਣਕਾਂ ਲੱਗਣਗੀਆਂ। ਪੰਜਾਬ ਤੋਂ ਥੋੜ੍ਹਾ ਜਿਹਾ ਬਾਹਰਲੇ ਪਾਸੇ ਆਏ ਹਾਂ, ਜ਼ਿਆਦਾ ਬਾਹਰ ਨਹੀਂ ਆਏ, ਇਹ ਬੈਲਟ ਪੰਜਾਬੀ ਵੀ ਪੈਂਦੀ ਹੈ। ਹੈ ਅਸੀਂ ਹਰਿਆਣੇ ਦੇ ਵਿੱਚ ਹਾਂ, ਸ਼ਹਿਰ ਦਾ ਨਾਮ ਹੈ ਜੀ ਬਬੈਣ, ਕੁਰੂਕਸ਼ੇਤਰ ਦੇ ਬਹੁਤ ਨੇੜੇ ਪੈਂਦਾ, ਭਾਰਤ ਗਰੁੱਪ ਆਫ ਇੰਸਟੀਟਿਊਸ਼ਨ, ਜ਼ੋਰਦਾਰ ਕਰ। ਕਾਲਜ ਬਹੁਤ ਵਧੀਆ, ਇਹ ਪੈਂਦਾ ਵਿੱਚ ਬਬੈਣ। ਇੱਕੋ ਹੀ ਅਰਦਾਸ ਰੱਬ ਅੱਗੇ ਕਿ ਇੱਥੋਂ ਦੇ ਬੱਚੇ ਪੜ੍ਹ ਲੈਣ। ਆਓ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ ਜੀ? ਸੰਜੋਤ ਕੌਰ। ਮਾਈਕ ਨੇੜੇ ਰੱਖੋ ਜੀ, ਸੰਜੋਤ ਜੀ। ਸੰਜੋਤ ਕੌਰ। ਮਾਈਕ ਨੇੜੇ ਜੀ। ਸੰਜੋਤ ਕੌਰ। ਮਾਈਕ ਨੇੜੇ ਜੀ। ਉਹ ਨਾਂ ਤਾਂ ਪਹਿਲੀ ਵਾਰੀ ਪਤਾ ਲੱਗ ਗਿਆ ਸੀਗਾ, ਹੋਰ ਵੀ ਕੁਛ ਗੱਲ ਕਰਨੀ ਸੀਗੀ ਜੀ। ਹਾਂਜੀ, ਕਿੱਥੇ ਕਿੱਥੇ ਰਹਿੰਦੇ ਹੋ? ਯਮੁਨਾਨਗਰ। ਅੱਛਾ, ਪਰਿਵਾਰ 'ਚ? ਪਾਪਾ, ਮੰਮਾ, ਬ੍ਰਦਰ, ਸਿਸਟਰ। ਪਾਪਾ ਜੀ, ਮੰਮੀ ਜੀ, ਬ੍ਰਦਰ ਜੀ, ਸਿਸਟਰ ਜੀ। ਕੀ ਕਰਦੇ ਨੇ ਪਾਪਾ ਜੀ? ਪਾਪਾ ਡੌਗ ਕੈਨਲ ਆ, ਡੌਗ ਡੌਗਸ ਦਾ ਬਿਜ਼ਨਸ ਹੈ, ਡੌਗ ਕੈਨਲ ਹੈ, ਸੇਲ ਪਰਚੇਸ ਦਾ। ਅੱਛਾ, ਕੁੱਤੇ ਰੱਖਦੇ ਨੇ ਜੀ? ਹਾਂਜੀ। ਓਕੇ ਓਕੇ। ਕਿੰਨੇ ਕੁੱਤੇ ਨੇ ਜੀ ਘਰੇ? ਕੈਨਲਸ ਤਾਂ ਬਹੁਤ ਹੈ, ਘਰੇ ਇੱਕ ਹੀ ਹੈ। ਘਰੇ ਇੱਕ ਹੀ ਹੈ? ਹਾਂਜੀ। ਅੱਛਾ ਅੱਛਾ, ਜਿੱਥੇ ਅੱਗੇ ਜਿੱਥੇ ਕੁੱਤੇ ਰੱਖਦੇ ਨੇ ਉੱਥੇ ਬਹੁਤ ਕੁੱਤੇ ਨੇ? ਹਾਂਜੀ, ਉੱਥੇ ਬਹੁਤ। ਉੱਥੇ ਕਿੰਨੇ ਕੁੱਤੇ ਨੇ ਜੀ? ਉੱਥੇ ਹੋਣਗੇ 50-60। 50-60 ਕੁੱਤੇ ਹੀ ਕੁੱਤੇ ਨੇ ਜੀ? ਹਾਂਜੀ। ਕਿਹੜੀ ਕਿਹੜੀ ਨਸਲ ਦੇ ਕੁੱਤੇ ਨੇ ਜੀ? ਸਾਰੇ ਹੈ। ਫਿਰ ਵੀ ਤੁਹਾਨੂੰ ਹੈ ਲੈਬਰਾ, ਜਰਮਨ ਸ਼ੈਫਰਡ, ਨੈਪੋਲੀਅਨ ਮੈਸਟਿਫ। ਹਾਂਜੀ। ਅੱਛਾ, ਹੋਰ? ਨੈਪੋਲੀਅਨ ਮੈਸਟਿਫ, ਬੁਲਡੌਗ। ਅੱਛਾ, ਹੋਰ ਵੀ ਬਹੁਤ ਹੈ, ਪਮੇਰੀਅਨ, ਲੈਬਰਾ। ਅੱਛਾ ਅੱਛਾ, ਫਿਰ ਤਾਂ ਸਾਰੇ। ਚਾਓ ਚਾਓ, ਕੋਕਰ। ਚਾਓ ਚਾਓ ਕੋਕਰ, ਇਹ ਕਿਹੜਾ ਕੁੱਤਾ ਜੀ? ਚਾਓ ਚਾਓ, ਇਹ ਛੋਟਾ ਜਿਹਾ ਹੁੰਦਾ ਹੈ, ਇਹ ਤਾਂ ਚਾਓ ਚਾਓ ਜੀ ਰੱਖ ਲਿਆ ਹੁਣ। ਹਾਂ, ਚਾਓ ਚਾਓ ਜੀ ਰੱਖ ਲਿਆ। ਵੀ ਤੂੰ ਵੀ ਆ ਜਾ, ਚੱਲੇ। ਚਲੋ, ਬਹੁਤ ਵਧੀਆ। ਕੀ ਸ਼ੌਂਕ ਹੈ ਤੁਹਾਡੇ ਜੀ? ਭੰਗੜਾ ਪਾਉਣਾ। ਭੰਗੜਾ ਪਾਉਣਾ ਜੀ? ਕਿਆ ਨਾਮ ਹੈ? ਹਰਦੇਈ। ਹਾਂਜੀ, ਹਰਦੇਈ। ਹਰ ਹਰਦੇਈ, ਇਹਦਾ ਕੀ ਮਤਲਬ ਹੈ ਜੀ ਹਰਦੇਈ ਦਾ? ਪਤਾ ਨਹੀਂ। ਅੱਛਾ ਜੀ, ਅੱਛਾ ਜੀ, ਇਹ ਕਿਹਨੇ ਰੱਖਿਆ ਜੀ? ਮੇਰੇ ਪਰਦਾਦਾ ਨੇ। ਪਰਦਾਦਾ ਜੀ ਨੇ? ਹਾਂਜੀ। ਅੱਛਾ ਜੀ, ਅੱਛਾ ਜੀ, ਕੀ ਨਾਮ ਸੀ ਉਹਨਾਂ ਦਾ? ਸ਼ਿਵ ਭਗਵਾਨ ਦਾਸ ਜੀ ਚਿਤਾਰਾ। ਵਾਹ ਜੀ ਵਾਹ, ਇਹ ਪਰਦਾਦਾ ਜੀ ਦਾ ਨਾਮ ਸੀ, ਦਾਦਾ ਜੀ ਦਾ? ਸ਼ਿਵ ਬਾਬਾ ਲਾਲ ਜੀ ਚਿਤਾਰਾ। ਅੱਛਾ ਜੀ, ਡੈਡੀ ਜੀ ਦਾ? ਯੋਗੇਸ਼ ਕੁਮਾਰ ਜੀ ਚਿਤਾਰਾ। ਸਾਰੇ ਟੱਬਰ ਦਾ ਚਮਕੇ ਤਾਰਾ, ਸਾਰਾ ਪਰਿਵਾਰ ਖੁਸ਼ ਰਵੇ, ਜਿਨ੍ਹਾਂ ਦੀ ਗੋਤ ਹੈ ਚਿਤਾਰਾ। ਚਿਤਾਰਾ ਨਾ? ਵਾਹ ਜੀ ਵਾਹ, ਚਿਤਾਰਾ ਪਰਿਵਾਰ, ਵਾਹ ਜੀ ਵਾਹ ਵਾਹ। ਕਿੱਥੇ ਰਹਿੰਦੇ ਹੋ? ਕਰਨਾਲ। ਕਰਨਾਲ, ਤੁਹਾਡੀ ਕੀ ਹੋਬੀਜ਼ ਹੈ ਜੀ? ਡਾਂਸਿੰਗ। ਡਾਂਸਿੰਗ, ਕੀ ਕਰਦੇ ਨੇ ਡੈਡੀ? ਸ਼ੂਮੇਕਰ ਹੈ। ਅੱਛਾ, ਤਗੜਾ ਕੰਮ ਹੈ ਫਿਰ ਤਾਂ। ਤੁਹਾਨੂੰ ਕਿੰਨੇ ਦਾ ਪੈਂਦਾ ਜੁੱਤਾ ਅੱਗੇ, ਕਿੰਨੇ ਦਾ ਵੇਚਦੇ ਹੋ? ਖੁਦ ਮੈਨੂਫੈਕਚਰਿੰਗ ਕਰਦੇ ਹਾਂ। ਆਪਣਾ ਤੁਹਾਡਾ ਸਾਰਾ ਕਾਰੋਬਾਰ ਹੈ, ਫਿਰ ਵੀ ਕਿੰਨਾ ਕਮਾ ਲੈਂਦੇ ਹੋ? ਦੱਸਿਆ ਹੁਣ ਡੈਡੀ ਨੇ, ਸੀਜ਼ਨ ਵਾਈਜ਼ ਹੁੰਦਾ ਹੈ। ਅੱਛਾ, ਹੁਣ ਸੀਜ਼ਨ ਚੱਲ ਰਿਹਾ ਹੈ? ਹਾਂਜੀ ਹਾਂਜੀ। ਕਿੰਨਾ ਕੁ ਮਹੀਨੇ ਦਾ ਕੱਢ ਦਿੰਦੇ ਹੋ ਫਿਰ ਕੰਮ? ਚੰਗਾ ਕੱਢ ਦਿੰਦੇ ਹੋ? ਹਾਂਜੀ। ਦੱਸਦੇ ਨਹੀਂ ਹੈ, ਚਲੋ ਕੋਈ ਨਹੀਂ, ਮੈਂ ਆਪ ਆ ਕੇ ਪੁੱਛੂੰਗਾ ਫਿਰ। ਓਕੇ, ਕਿਹੜੇ ਗਾਣੇ ਤੇ ਡਾਂਸ ਕਰਨਾ ਜੀ? ਹਰਿਆਣਵੀ ਸੌਂਗ ਹੈ। ਅੱਛਾ, ਤਾਗੜੀ।
ਹੈ ਜੀ ਯਮਦੂਤ ਹੈ ਹੈ ਯਮਦੂਤ ਵਾਹ 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 ਅੱਛਾ ਇੱਥੇ ਲੱਭਿਆ 5 ਸਾਲ ਹੋ ਗਏ ਮੈਨੂੰ ਪ੍ਰੋਗਰਾਮ ਕਰਦੇ ਨੂੰ ਯਮਦੂਤ ਇੱਥੇ ਸੀਗਾ ਵਾਹ ਯਮਦੂਤ ਜੀ ਵਜਾਓ ਸਿਟੀ ਮਾੜੀ ਯਮਦੂਤ ਹੈ ਆਖਰੀ ਟਿਕਾਣਾ ਸਾਡਾ ਵਿੱਚ ਸ਼ਮਸ਼ਾਨ ਦੇ ਕਿਉਂਕਿ ਚਰਚੇ ਬਾਪੂ ਦੇ ਸਾਡੇ ਫੁੱਲ ਨੇ ਜਹਾਨ ਦੇ ਆਖਰੀ ਟਿਕਾਣਾ ਸਾਡਾ ਵਿੱਚ ਸ਼ਮਸ਼ਾਨ ਦੇ ਅੱਜ ਕੱਲ੍ਹ ਦੀ ਮੰਡੀਰ ਨੀਤ ਹੋ ਗਈ ਆ ਖਰਾਬ ਨਸ਼ੇ ਕਰ ਕਰ ਲੋਕੀ ਇੱਥੇ ਬੰਦੇ ਦਿੰਦੇ ਮਾਰ ਕਦੇ ਵਿਹਲ ਮਿਲੇ ਤਾਂ ਉਹਦੇ ਘਰ ਵਾਲਿਆਂ ਨੂੰ ਜਾ ਕੇ ਪੁੱਛੋ ਤੁਹਾਡੇ ਕਰਕੇ ਵੀ ਜਿਹਦਾ ਰੁਲ ਗਿਆ ਜਵਾਕ ਬੈਨੀ ਡਿਟੇਲ ਤਾਂ ਮੈਂ ਜਾ ਨਹੀਂ ਹੋ ਸਕਦਾ ਇਕੱਲੇ ਇਕੱਲੇ ਦਾ ਨਾਂ ਤਾਂ ਗਣਾ ਨਹੀਂ ਹੋ ਸਕਦਾ ਹੱਥ ਜੋੜ ਬੇਨਤੀ ਆ ਵੀਰੋ ਨਾਇਓ ਕਰੋ ਪੰਜਾਬ ਖਰਾਬ ਬੜੀ ਮੁਸ਼ਕਿਲ ਨਾਲ ਹੋਇਆ ਸਾਡਾ ਦੇਸ਼ ਹੋ ਆਜ਼ਾਦ ਕੌਣ ਕਹਿੰਦਾ ਇੱਥੇ ਜੰਮਣੇ ਨੀ ਭਗਤ ਸਿੰਘ ਵੇ ਦੁਬਾਰਾ ਕੌਣ ਕਹਿੰਦਾ ਇੱਥੇ ਜੰਮਣੇ ਨੀ ਭਗਤ ਸਿੰਘ ਵੇ ਦੁਬਾਰਾ ਉਹਨਾਂ ਦੀਆਂ ਮਾਵਾਂ ਨੂੰ ਜਾ ਕੇ ਪੁੱਛੋ ਕਾਰਗਿਲ ਵਿੱਚ ਜਿਨ੍ਹਾਂ ਦੇ ਪੁੱਤ ਚੜ ਗਏ ਸ਼ਹੀਦੀ ਇਸ ਸੰਸਾਰ ਤੇ ਆਖਰੀ ਟਿਕਾਣਾ ਸਾਡਾ ਵਿੱਚ ਸ਼ਮਸ਼ਾਨ ਤੇ ਜਾਣਾ ਤਾਂ ਮੈਂ ਲਿਖੀਆਂ ਨੀ ਲਿਖੇ ਬੋਲ ਚਾਰ ਨੇ ਜਿੰਨੇ ਵੀ ਆ ਲਿਖੇ ਸੁਣਾ ਦੇ ਤੁਹਾਡੇ ਆ ਰਾਜ ਸਟਾਰ ਨੇ ਵਾਹ 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 ਹੈਲੋ ਜੀ ਹੈਲੋ ਕੀ ਨਾਮ ਹੈ ਜੀ ਉਨੀ ਹੈ ਜੀ ਉਨੀ 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 ਹਾਂ ਉਨੀ ਓਕੇ 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 ਤੁਹਾਡਾ ਜਿਹਦੇ ਨਾਲ ਵਿਆਹ ਹੋਊਗਾ ਉਹਦਾ ਨਾਮ 20 ਹੋਊਗਾ ਨਾ 19 20 ਅੱਛਾ ਉਨੀ ਉਨੀ ਕਹਾਂ ਸੇ ਲੇਹਦਾ ਅਰੁਣਾਚਲ ਪ੍ਰਦੇਸ਼ ਵਾਹ 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 ਦੇਖੋ ਜੀ ਸਾਡੇ ਹਿੰਦੁਸਤਾਨ ਦੇ ਰੰਗ ਹਰਿਆਣੇ ਦੇ ਵਿੱਚ ਪੜ੍ਹਦੇ ਨੇ ਔਰ ਅਰੁਣਾਚਲ ਸੇ ਆਏ ਹੈ ਬਹੁਤ ਅੱਛੇ ਬਹੁਤ ਅੱਛੇ ਫੈਮਿਲੀ ਕੈਸੀ ਹੈ ਸਭ ਠੀਕ ਠਾਕ ਹੈ ਕੌਣ ਕੌਣ ਹੈ ਫੈਮਿਲੀ ਮੇ ਜੁਆਇੰਟ ਫੈਮਿਲੀ ਅੱਛਾ ਕੌਣ ਕੌਣ ਹੈ ਪਾਪਾ ਮੰਮੀ ਬਹੁਤ ਸਾਰੇ ਪਾਪਾ ਮੰਮੀ ਬਹੁਤ ਸਾਰੇ ਹੈ ਕਾਉਂਟਲੈਸ ਹੈ ਕਾਉਂਟਲੈਸ ਅੱਛਾ ਕਾਉਂਟਲੈਸ ਅੱਛਾ ਪਾਪਾ ਮੰਮੀ ਹੀ ਇਤਨੇ ਹੈ ਕਿ ਕਾਉਂਟ ਹੀ ਨਹੀਂ ਹੋ ਰਹੇ ਚਲੋ ਬਹੁਤ ਬੜੀਆ ਇਹ ਆਪਕੇ ਇਹ ਬਹੁਤ ਅੱਛੇ ਹੈ ਜੋ ਥੈਂਕ ਯੂ ਕੀ ਕਹਤੇ ਹੈ ਨੇ ਕਾਂਟੇ ਆਪਣੀ ਲੈਂਗੁਏਜ ਮੈਂ ਹਾਂ ਕਿਆ ਕਹਤੇ ਹੈ ਚਲੋ ਮਤਲਬ ਕਿ ਜੋ ਵੀ ਕਹਤੇ ਹੈ ਬਹੁਤ ਅੱਛੇ ਹੈ ਥੈਂਕ ਯੂ ਹਾਂਜੀ 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 ਤੋ ਕਿਆ ਸੁਣਾਓਗੇ ਪਾਪਾ ਕਾ ਕਿਆ ਨਾਮ ਹੈ ਚਲੋ ਦੋਰੋ ਹਾਂਜੀ ਦੋਰੋ ਦੋਰੋ ਠੀਕ ਠਾਕ ਹੈ ਅੰਕਲ ਜੀ ਯੈਸ ਫੋਨ ਤੇ ਕਬ ਹੋਈ ਬਾਤ ਉਨਸੇ ਹੋਤੇ ਸਾਮ ਹਰ ਸਾਮ ਐਵਰੀ ਇਵਨਿੰਗ ਯੈਸ ਓਕੇ ਓਕੇ ਐਵਰੀ ਇਵਨਿੰਗ ਕਰਤੇ ਹੋ ਜੀ ਓਕੇ 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 ਚਲੋ ਉਨਕੋ ਕੁਝ ਸੁਨੇਹਾ ਦੇਣਾ ਹੋ ਕਿਆ ਕਹੋਗੇ ਪਾਪਾ ਸੇ ਹਾਂ ਬਾਬਾ ਆਈ ਮਿਸ ਯੂ ਆਏ ਬਹੁਤ ਅੱਛੇ ਬਹੁਤ ਅੱਛੇ ਬਹੁਤ ਵਧੀਆ ਡਾਂਸ ਕਰ ਲੈ ਆਹ
ਚਲੋ ਜੀ ਹੁਣ ਵਕਤ ਹੈ ਛੋਟੇ ਜਿਹੇ ਬ੍ਰੇਕ ਦਾ, ਤੁਸੀਂ ਕਿਤੇ ਨਾ ਜਾਇਓ, ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਵਾਰ ਫੇਰ ਸਵਾਗਤ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮੰਡੀਰ ਦੇ ਵਿੱਚ। ਹਰਿਆਣੇ ਚ ਆਏ ਹੋਏ ਹਾਂ ਜੀ। ਆਓ ਜੀ, ਆਓ ਆਓ ਆਓ। ਬਹੁਤ ਸੋਹਣੀ ਦਸਤਾਰ, ਬਹੁਤ ਸੋਹਣਾ ਸਰੂਪ ਤੁਹਾਡਾ, ਪਰਮਾਤਮਾ ਚੜ੍ਹਦੀ ਕਲਾ ਚ ਰੱਖਣ। ਕੀ ਨਾਂ ਤੁਹਾਡਾ? ਹਰਪਾਲ ਸਿੰਘ। ਹਰਪਾਲ ਸਿੰਘ ਕਿਹੜਾ ਪਿੰਡ ਜੀ? ਕਰਨਾਲ ਸ਼ਹਿਰ ਜੀ। ਸ਼ਹਿਰ ਚ ਕੀ ਸੁਣਾਓਗੇ ਜੀ? ਮੈਂ ਡਾਂਸ ਕਰਾਂਗਾ। ਹੈਲੋ ਜੀ, ਹੈਲੋ ਜੀ, ਹੈਲੋ। ਕੀ ਨਾਮ ਹੈ ਤੁਹਾਡਾ ਜੀ? ਪ੍ਰਤਿਸ਼ਠਾ। ਪ੍ਰਤਿਸ਼ਠਾ, ਇਹਦਾ ਕੀ ਮਤਲਬ ਹੈ? ਰਿਸਪੈਕਟ, ਓਨਰ। ਓਕੇ ਓਕੇ ਓਕੇ, ਮਤਲਬ ਕਿ ਰਿਸਪੈਕਟ ਫੈਮਿਲੀ ਕੀ। ਅੱਛਾ, ਫੈਮਿਲੀ ਨੇ ਰੱਖਾ ਤਾਂ ਨਾਮ। ਹਾਂਜੀ, ਡੈਡ ਨੇ ਰੱਖਾ ਤਾਂ ਨਾਮ, ਇਹ ਸੋਚ ਕੇ। ਓਕੇ, ਬਹੁਤ ਅੱਛੇ, ਬਹੁਤ ਅੱਛੇ, ਬਹੁਤ ਵਧੀਆ ਨਾਮ ਰੱਖਿਆ। ਪਾਪਾ ਦਾ ਕੀ ਨਾਮ ਹੈ ਜੀ? ਪ੍ਰਦੀਪ ਕੁਮਾਰ ਨਾਗਪਾਲ। ਓਕੇ ਜੀ, ਨਾਗਪਾਲ ਸਾਹਿਬ ਜੀ ਕੀ ਕਰਦੇ ਨੇ ਜੀ? ਉਹ ਆਈਸ ਕੇ ਡਾਕਟਰ ਹੈ। ਵਾਹ ਜੀ ਵਾਹ, ਅੱਖਾਂ ਦੇ ਜੀ। ਠੀਕ ਹੈ ਠੀਕ ਹੈ ਜੀ। ਕਿੱਥੇ ਤੁਹਾਡਾ ਕਲੀਨਿਕ? ਪਾਣੀਪਤ ਮੈਂ। ਅੱਛਾ ਜੀ, ਚਲੋ ਬਹੁਤ। ਇੱਥੇ ਫਿਰ ਹੋਸਟਲ? ਹੋਸਟਲ। ਓਕੇ ਓਕੇ, ਤੁਹਾਡੇ ਕੀ ਏਮ ਹੈ ਜੀ? ਆਈ ਵਾਂਟ ਟੂ ਬੀ ਅ ਲਾਇਰ, ਆਈ ਮੀਨ ਅ ਗੁੱਡ ਲਾਇਰ ਐਕਚੁਲੀ, ਔਰ ਕਾਰਪੋਰੇਟ ਮੈਂ ਜਾਣੇ ਕਾ ਹੈ ਬੇਸਿਕਲੀ ਅਭੀ, ਐਂਡ ਉਸਕੇ ਬਾਅਦ ਆਈ ਗੈਸ ਮੈਂ ਕੰਪੀਟੀਟਿਵ ਐਗਜ਼ਾਮਸ ਕੇ ਲੀਏ ਤਿਆਰੀ ਕਰੂੰਗੀ, IAS ਵਗੈਰਾ ਕੀ। ਅੱਛਾ, ਬਹੁਤ ਵਧੀਆ, ਚਲੋ ਤੁਹਾਡਾ ਸੁਪਨਾ ਪੂਰਾ ਹੋਵੇ। ਕੀ ਸੁਣਾਓਗੇ? ਮੈਂ ਕੁਝ ਸੁਣਾਉਂਗੀ ਨਹੀਂ, ਅੱਜ ਮੈਂ ਆਪਸੇ ਕੁਐਸਚਨਸ ਕਰੂੰਗੀ। ਆਪ ਸਭਸੇ ਕਰਤੇ ਹੋ, ਅੱਜ ਆਪਸੇ ਪੁੱਛੂੰਗੀ। ਚਲੋ ਪੁੱਛੋ ਜੀ। ਆਪ ਜੈਸੇ ਮੇਰੇ ਸੇ ਪੁੱਛ ਰਹੇ ਹੋ ਮੇਰੇ ਕਿਆ ਏਮਸ ਹੈ ਔਰ ਮੇਰੇ ਕਿਆ ਆਈਡਲਸ ਵਗੈਰਾ ਹੈ, ਅੱਜ ਆਪ ਬਤਾ ਦੋ ਆਪਕੇ ਕਿਆ ਏਮਸ ਹੈ। ਮੇਰਾ ਏਮ ਪਤਾ ਲੱਗਿਆ ਅਜੇ ਤੱਕ, ਮਤਲਬ ਬਿਲਕੁਲ ਏਮਲੈਸ, ਬਿਲਕੁਲ, ਮਤਲਬ ਜੋ ਹੋ ਰਿਹਾ ਹੈ ਗੋ ਵਿਦ ਦ ਫਲੋ। ਜੋ ਹੋ ਰਿਹਾ ਗੋ, ਹਾਂ ਇਹ ਇੰਗਲਿਸ਼ ਠੀਕ ਹੈ, ਗੋ ਵਿਦ ਦ ਫਲੋ। ਹਾਂ, ਜੋ ਹੋ ਰਿਹਾ ਬਸ ਸਵੇਰੇ ਉੱਠ ਜਿਹਦਾ ਸ਼ੂਟ ਕਰ ਲਓ। ਔਰ ਸਿਰ ਫਿਰ ਆਪਕੋ ਕੈਸਾ ਲਗਾ, ਮਤਲਬ ਇਤਨੇ ਟਾਈਮ ਬਾਅਦ ਹਰਿਆਣਾ ਮੇ ਆਏ ਹੋ ਤੋ। ਹਾਂ, ਅੱਛਾ ਲਗਾ, ਇਤਨੇ ਟਾਈਮ ਬਾਅਦ ਮੇ ਆਇਆ। ਮਤਲਬ ਆਈ ਮੀਨ ਆਪ ਪੰਜਾਬ ਮੇ ਜ਼ਿਆਦਾਤਰ ਰਹਤੇ ਹੋ ਨਾ, ਤੋ ਹਰਿਆਣਾ ਆ ਕੇ ਆਪਕੋ ਯਹਾਂ ਕਾ ਕੈਸਾ ਲਗਾ ਸਭ ਕੁਝ? ਹਰਿਆਣਾ ਵੀ ਹਮਾਰਾ ਹੈ, ਪੰਜਾਬ ਵੀ ਹਮਾਰਾ ਹੈ, ਹਿੰਦੁਸਤਾਨ ਹਮਾਰਾ ਹੈ, ਸਾਰੇ ਇੱਥੇ ਹੈ, ਭਾਈ ਬਹਿਣ ਹਮਾਰੇ। ਔਰ ਆਪਨੇ ਸਰ ਮੱਠਾ ਵੀ ਹੈ? ਹੈ ਮੱਠਾ? ਮੱਠਾ ਹਾਂ, ਕਿਆ ਹੋਤਾ ਹੈ ਬਤਾਈਏ? ਮੱਠਾ ਪੰਜਾਬੀ ਚ ਹੁੰਦਾ, ਮੱਠਾ ਮੱਠਾ ਵੀ, ਧੀਰੇ ਧੀਰੇ ਮੱਠਾ ਮੱਠਾ। ਨਹੀਂ, ਹਰਿਆਣਵੀ। ਹਰਿਆਣਵੀ ਮੇ ਮੱਠਾ? ਹਾਂ। ਤੁਸੀਂ ਤਾਂ ਆਪਨੇ ਪੀਆ ਹੈ? ਹਾਂ। ਮੱਠਾ ਹਾਂ, ਕੈਸਾ ਹੋਤਾ ਹੈ? ਮੀਠੀ ਲੱਸੀ ਹੋਤੀ ਹੈ। ਮੈਨੇ ਯਹੀ ਬਤਾਨਾ ਥਾ। ਹੋਰ ਕੋਈ ਸੁਣਾਓਗੇ? ਨਹੀਂ, ਕੁਛ ਵੀ ਨਹੀਂ, ਮਤਲਬ। ਨਾਨਕੇ ਕਿੱਥੇ ਤੁਹਾਡੇ? ਨਾਨਕੇ ਜੰਮੂ ਮੈਂ। ਅੱਛਾ, ਕਿਤਨੀ ਮਾਸੀ ਹੈ? ਮੇਰੀ ਦੋ ਮਾਸੀਆਂ ਹੈ। ਦੋ ਮਾਸੀਆਂ ਜੀ? ਜੰਮੂ ਜੀ? ਨਹੀਂ, ਇੱਕ ਸ਼ਾਦੀ ਕੁਰੂਕਸ਼ੇਤਰਾ ਮੇ ਹੋਈ ਹੈ ਤੋ ਇੱਕ ਯਹੀਂ ਪੇ ਹੈ ਔਰ ਇੱਕ ਦਿੱਲੀ ਮੈਂ ਹੈ। ਓਕੇ, ਜਿਨ੍ਹਾਂ ਦਾ ਵਿਆਹ ਹੋਇਆ ਇੱਥੇ ਰਹਿਣਗੇ ਫਿਰ? ਦੋਨੋਂ ਹੀ ਦਿੱਲੀ ਮੈਂ ਹੈ, ਮਤਲਬ ਇੱਕ ਦਿੱਲੀ ਮੈਂ, ਦੋਨੋਂ ਕੀ ਸ਼ਾਦੀ ਹੋਈ ਹੋਈ ਹੈ ਇੱਕ ਦਿੱਲੀ ਮੈਂ। ਅਰੇ ਸ਼ਾਦੀ ਤੇ ਨਹੀਂ ਮੈਨੇ ਲੈਣਾ ਦੇਣਾ, ਆਪਰੇ ਪੁੱਛਾ ਕਿ ਮੈਂ ਇਹ ਪੁੱਛ ਰਹਾ ਹਾਂ ਕਿ ਕਹਾਂ ਰਹਤੇ ਹੈ? ਇੱਕ ਦਿੱਲੀ ਮੈਂ, ਇੱਕ ਕੁਰੂਕਸ਼ੇਤਰਾ ਮੈਂ। ਆਪਨੇ ਅਭੀ ਕਹਾ ਦੋਨੋਂ ਦਿੱਲੀ ਮੈਂ? ਆਪ ਮੇਰੇ ਕੋ ਕਨਫਿਊਜ਼ ਕਰ ਰਹੇ ਹੋ, ਇੱਕ ਦਿੱਲੀ ਮੈਂ, ਇੱਕ ਕੁਰੂਕਸ਼ੇਤਰਾ ਮੈਂ, ਮੇਰੀ ਦੋ ਮਾਸੀ ਹੈ, ਬੜੀ ਵਾਲੀ ਦਿੱਲੀ ਮੈਂ, ਛੋਟੀ ਵਾਲੀ। ਬੜੀ ਛੋਟੀ ਸੇ ਕੁਛ ਨਹੀਂ ਲੈਣਾ। ਆਪ ਇਹ ਬਤਾਓ ਕਿ ਆਪਕੀ ਦੋ ਮਾਸੀ ਹੈ, ਇੱਕ ਕੁਰੂਕਸ਼ੇਤਰ ਮੈਂ ਹੈ, ਇੱਕ ਦਿੱਲੀ ਮੈਂ। ਓਕੇ ਜੀ, ਮਾਮਾ ਜੀ? ਮੇਰੇ ਮਾਮਾ ਜੀ ਯਹੀਂ ਰਹਤੇ ਹੈ ਪਾਣੀਪਤ ਮੈਂ। ਯੇ ਤੋ ਕੁਰੂਕਸ਼ੇਤਰ, ਮਤਲਬ ਹਾਂ, ਜਹਾਂ ਮੈਂ ਰਹਤੀ ਹੂੰ ਪਾਣੀਪਤ ਮੈਂ, ਐਂਡ ਇੱਕ ਔਰ ਮਾਮਾ ਜੀ ਹੈ ਵੋ ਜੰਮੂ ਮੈਂ ਰਹਤੇ ਹੈ। ਅੱਛਾ, ਇੱਕ ਮਾਮਾ ਜੀ ਜੰਮੂ ਮੈਂ, ਇੱਕ ਮਾਮਾ ਜੀ ਪਾਣੀਪਤ ਮੈਂ। ਓਕੇ ਓਕੇ, ਜੰਮੂ ਵਾਲੇ ਮਾਮਾ ਜੀ ਕਾ ਕਿਆ ਨਾਮ ਹੈ? ਸੰਜੇ। ਸੰਜੇ ਜੀ, ਉਹ ਕਿਆ ਕਰਦੇ ਹੈ? ਉਨਕਾ ਮਤਲਬ ਆਪਣਾ ਹੈ ਇੱਕ ਬਿਜ਼ਨਸ। ਅੱਛਾ, ਇੱਕ ਹੈ ਬਿਜ਼ਨਸ, ਇੱਕ ਬਹੁਤ ਹੈ, ਆਪਣਾ ਬਿਜ਼ਨਸ ਹੈ ਉਨਕਾ। ਅੱਛਾ ਜੀ, ਔਰ ਜੰਮੂ ਵਾਲੀ ਮਾਮੀ ਜੀ ਉਹ ਅੱਛੀ ਹੈ ਜਾਂ ਪਾਣੀਪਤ ਵਾਲੀ ਮਾਮੀ ਅੱਛੀ ਹੈ? ਮਤਲਬ ਇਤਨਾ ਟਾਈਮ ਸਪੈਂਡ ਨਹੀਂ ਕਰਤੇ ਉਨਕੇ ਸਾਥ, ਨਾ ਕਭੀ ਕਿਹਾ ਤੋ, ਹਾਂ ਇਤਨਾ ਪਤਾ ਨਹੀਂ। ਅੱਛਾ, ਉਹ ਬੁਲਾਤੇ ਨਹੀਂ ਆਪਕੋ? ਨਹੀਂ, ਬੁਲਾਤੇ ਹੈ ਬਟ। ਅੱਛਾ, ਮਾਮੀ ਜੀ ਕੇ ਸਾਥ ਟਾਈਮ ਨਹੀਂ ਕੀਆ ਸਪੈਂਡ? ਮਤਲਬ ਨਾਰਮਲੀ ਨਾਨਕੇ ਮੈਂ ਇਤਨਾ ਰਹਤੇ ਨਹੀਂ ਹੈ ਔਰ ਮਤਲਬ ਆਪਣੇ ਖੁਦ ਕੇ ਇਨ ਸਭ ਚੀਜ਼ਾਂ ਤੋਂ ਫੁਰਸਤ ਨਹੀਂ ਮਿਲਦੀ ਤੋ ਇਸ ਵਜ੍ਹਾ ਸੇ। ਅੱਛਾ, ਜਾਂਦੇ ਨਹੀਂ ਮਤਲਬ ਰਿਸ਼ਤੇਦਾਰਾਂ ਦੇ ਘਰ? ਕਮ। ਅੱਛਾ, ਉਹ ਵੀ ਨਹੀਂ ਆਤੇ? ਉਹ ਵੀ ਕਮ ਹੀ ਆਤੇ ਹੈ। ਅੱਛਾ, ਉਹ ਵੀ ਕਮ ਆਤੇ ਹੈ, ਆਪ ਵੀ ਕਮ ਜਾਤੇ ਹੈ। ਓਕੇ ਓਕੇ, ਜਾਂਦੇ ਕਿਹੜਾ ਰਿਸ਼ਤੇਦਾਰ, ਫੇਵਰੇਟ ਰਿਸ਼ਤੇਦਾਰ ਕੌਣ ਹੈ? ਮੇਰੇ ਬਾਬਾ ਕੀ ਸਾਈਡ ਕੇ ਮੇਰੇ ਤਾਏ ਜੀ।
अच्छा तुम्हारे पापा के साइड के एक्चुअली अच्छा ताया जी तुम्हारे आइडल ने वो की कर देने वो सुप्रीम कोर्ट के लॉयर रह चुके हैं तो वही मेरे आइडल हैं मतलब जो मेरा एंबिशन है वो भी उन्हीं की वजह से आया है चलो तुम्हें गाइड भी कर दे होंगे नहीं एक्चुअली वो एक्सपायर हो गए थे चलो कोई नहीं कोई नहीं पर उन्होंने जेडे चलाए हुए मार्ग ने तुम जरूर चलो पापा दस दे होंगे कि ताया जी ऐसा करते थे ये पढ़ते थे नहीं मैंने खुद भी देखा है उनको अच्छा चलो बहुत बढ़िया बहुत बढ़िया और फैमिली कौन कौन है जी और बस मेरी दो बुआ है वो किथे ने वो दिल्ली में है दोनों वो दिल्ली जी ने फुफड़ जी एक फुफा जी की डेथ हो गई है और एक मेरी बुआ की डेथ हो गई है चलो कोई नहीं सारे परमात्मा ने जाना ही होता सारे ने परमात्मा के घर पर देखते होंगे थोनू साडा शो भी जरूर ऊपर भी चल रहा है और जिहड़े परमात्मा दे कोल चल गए ने उत्थे भी साडा शो जरूर देखते होंगे थोनू एक बात बता आप रोस्ट भी करते हो क्या रोस्ट मेरे को ऐसे लग रहा है मेरे को रोस्ट कर रहे हो मतलब की होता रोस्ट मैं तो यही नहीं पता मतलब किसी के ऐसे सरकास्टिक तरीके से मतलब थोड़ा सा बेइज्जती से करना ना ना बेइज्जती नहीं मेरी बहन ना मेरी भैन कोई चक्कर नहीं बेइज्जती नहीं वैसे पूछ रहे हैं भी थोड़े नानके कौन है दादके कितने हैं कई बार जितना जम्मू जाइए फिर उत्थे कोई रहने थां ना मिले फिर किसी थोड़ी ज्यादा सारे रिश्तेदार ने करे ऐसा हो सकता है आपको रहने के लिए जगह ना मिले और फिर थोड़े रिश्तेदार ने जावांगे जी क्या कमाल कर रहे हो पक्का मैं क्या पक्का कि मामा जी उत्थे ने ना संजय मामा जी मैं तो आड़े मामा जी साढ़े मामा जी बिल्कुल हाँ ठीक है नंबर दे दो संजय मामा जी जो जम्मू गए संजय मामा जी आप एक बार शो कर लो उसके बाद देते हैं ना बस ठीक है हेलो संजय मामा जी मैं आ गया जम्मू जम्मू पहने थैंक यू सो मच सत श्री अकाल जी हेलो सर हाँ जी की नाम जी थोड़ा तमन्ना अच्छा की सुनाओगे जी मैं मोटिवेशनल थॉट्स सुनाना चाहती हूँ सुनाओ जी कागज अपनी किस्मत से उड़ता है लेकिन पतंग अपनी काबिलियत से इसलिए किस्मत साथ दे या ना दे काबिलियत जरूर साथ देती है दो लोगों का ख्याल जिंदगी में कभी नहीं भूलना चाहिए माता जिसको तुमने हर दुख में पुकारा हो पिता जिसने तुम्हारी जीत के लिए सब कुछ हारा हो काम ऐसा करो कि पहचान बन जाए काम ऐसा करो कि पहचान बन जाए हर कदम ऐसे चलो कि निशान बन जाए ये जिंदगी तो सब काट लेते हैं जिंदगी ऐसे जियो कि मिसाल बन जाए जय बाबा जी की जय जय माता जी की जय माता जी की बहुत बहुत अच्छे अच्छे आपने दो तीन मिनट में सुना दिया बहुत अच्छा और कोई सयानी गल कोई रह गई हो तो थोड़ी सी और थोड़ा सा चलो बहुत बढ़िया थैंक यू सो मच बहुत सोहने लग रहे की नाम है थोड़ा शबनम शबनम तुसी भी पेश करोगे जी हाँ जी हरियाणवी डांस दे उत्ते बहुत बढ़िया हरियाणवी गाने उत्ते हरियाणवी डांस हरियाणवी छोटे ब्रेक का कितना जाए मिलते हैं जी कि छोटे जे ब्रेक तो बाद एक बार फिर स्वागत है थोड़े अपने फेवरेट शो कंटीनी मंडीर के हरियाणे आए हुए हैं जी आओ जी की ना थोड़ा मानसी थोड़ा जी नेहा नेहा केड़ी क्लास पढ़ते जी प्लस टू केड़ा स्ट्रीम है जी नॉन मेडिकल वाह जी
ਤੁਹਾਡਾ ਜੀ? ਮੈਂ ਪਲੱਸ ਵਨ 'ਚ ਪੜ੍ਹਦੀ ਹਾਂ, ਕਾਮਰਸ ਸਟ੍ਰੀਮ ਹੈ। ਚਲੋ ਬਹੁਤ ਵਧੀਆ। ਕਿੱਥੇ ਕਿੱਥੇ ਪਿੰਡ ਕਿਹੜਾ ਤੁਹਾਡਾ, ਸ਼ਹਿਰ ਕਿਹੜਾ? ਸ਼੍ਰੇਣੀ। ਸ਼੍ਰੇਣੀ, ਓਕੇ ਜੀ। ਕੀ ਪੇਸ਼ ਕਰੋਗੇ ਜੀ? ਅਸੀਂ ਤੁਹਾਡੇ ਨਾਲ ਡਾਂਸ ਕਰਨਾ, ਬਹੁਤ ਦਿਲ ਆ ਤੁਹਾਡੇ ਨਾਲ। ਕਿਹੜੇ ਗਾਣੇ ਦੇ ਜੀ? ਲੱਖ ਲਾਣ ਦਾ। ਲਓ ਜੀ ਲੱਖ ਲਾਣ। ਸੋਹਣੀਆਂ ਬੱਚੇ ਨੇ ਡਾਂਸ ਕੀਤਾ, ਥੈਂਕ ਯੂ ਸੋ ਮਚ। ਆਪੋ ਆਪਣੀ ਸਟ੍ਰੀਮ ਦੇ ਵਿੱਚ ਪਲੱਸ ਵਨ ਪਲੱਸ ਟੂ 'ਚ ਪੜ੍ਹਦੀਆਂ ਸੀਗੀਆਂ। ਗੋਡ ਬਲੈਸ ਯੂ, ਗੋਡ ਬਲੈਸ ਦੈਮ, ਗੋਡ ਬਲੈਸ ਦੈਮ। ਬਹੁਤ ਸੋਹਣਾ ਪਹਿਰਾਵਾ, ਕੀ ਬਾਤ ਹੈ। ਕੀ ਨਾਮ ਹੈ ਜੀ ਤੁਹਾਡਾ? ਸਵਾਤੀ। ਸਵਾਤੀ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ? ਰਾਮਪੁਰਾ, ਲਾੜਵਾ ਕੇ ਪਾਸ। ਅੱਛਾ ਜੀ, ਇਹ ਪਹਿਰਾਵਾ ਜੀ? ਜੀ, ਹਰਿਆਣਵੀ ਡਾਂਸ ਕਰਨਾ ਤੋਂ ਇਸ ਲਈ ਪਹਿਨੂੰਗਾ। ਅੱਛਾ, ਗਰੁੱਪ ਹੈਗਾ ਜੀ ਤੁਹਾਡਾ? ਬੁਲਾਓ ਜੀ, ਸਾਰਿਆਂ ਨੂੰ ਸੱਦੋ, ਸਾਰਿਆਂ ਨੂੰ ਸੱਦੋ। ਬਹੁਤ ਸੋਹਣੇ ਪਹਿਰਾਵੇ ਦੇ ਵਿੱਚ ਬੱਚੇ ਆਏ ਨੇ। ਗੋਡ ਬਲੈਸ ਯੂ, ਬਹੁਤ ਸੋਹਣਾ, ਬਹੁਤ। ਤੁਸੀਂ ਨੱਚੇ ਹੀ ਨਹੀਂ? ਅੱਛਾ, ਤੁਹਾਡਾ ਅਲੱਗ ਹੈ ਜੀ? ਅੱਛਾ ਅੱਛਾ, ਇਹ ਜਿਹੜਾ ਮੇਨ ਵੱਡਾ ਕਲਾਕਾਰ ਹੁੰਦਾ ਉਹ ਅਲੱਗ, ਬਾਅਦ 'ਚ ਆਉਂਦਾ ਹੁੰਦਾ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਮਾਈਕ ਦਿਓ ਜੀ, ਮਾਈਕ। ਆਓ ਜੀ, ਆਓ ਆਓ ਆਓ। ਉਹ ਚਾਰ ਜਿਹੜੇ ਨੱਚਦੇ ਸੀ, ਮੈਂ ਕਿਹਾ ਤੁਸੀਂ ਨਹੀਂ ਆਏ? ਕਹਿੰਦੇ ਮੇਰਾ ਫਿਰ ਥੋੜ੍ਹਾ ਅਲੱਗ ਹੈ ਨਾ ਜੀ। ਹਾਂਜੀ ਹਾਂਜੀ, ਅਲੱਗ ਹੈ ਮੇਰਾ। ਬਹੁਤ ਵਧੀਆ। ਨਾਂ ਤੁਹਾਡਾ? ਕਵਿਤਾ ਸਰ। ਕਵਿਤਾ ਜੀ, ਹਾਂਜੀ ਸਰ। ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਸਰ, ਇੰਦਰੀ ਤੋਂ। ਇੰਦਰੀ ਤੋਂ? ਹਾਂਜੀ, ਕਰਨਾਲ ਡਿਸਟ੍ਰਿਕਟ ਤੋਂ। ਕਰਨਾਲ ਤੋਂ? ਹਾਂਜੀ। ਜਿਹੜਾ ਤੁਸੀਂ ਗਲ 'ਚ ਪਾਉਂਦੇ ਹੋ ਇਹਨੂੰ ਕਹਿੰਦੇ ਕੀ ਹੈ ਜੀ? ਇਹਨੂੰ ਸਰ ਕੰਠਾ। ਹੈ ਜੀ, ਕੈਂਠਾ, ਜਿੱਦਾਂ ਅਸੀਂ ਮੁੰਡੇ ਭੰਗੜੇ 'ਚ ਪਾਉਂਦੇ ਹਾਂ ਨਾ ਜੀ, ਉਹਨੂੰ ਗਲ ਦੇ ਵਿੱਚ ਉਹਨੂੰ ਕੈਂਠਾ ਕਹਿੰਦੇ ਹਾਂ ਜੀ। ਹਾਂਜੀ, ਇਹਨੂੰ। ਅੱਛਾ, ਇਹ ਕੈਂਠੇ ਦੀ ਭੈਣ ਕੰਠੀ ਜੀ। ਚਲੋ ਠੀਕ ਹੈ ਜੀ, ਠੀਕ ਹੈ। ਜਿਹੜਾ ਸਿਰ 'ਤੇ ਇਹਨੂੰ? ਇਹਨੂੰ ਬੋਰਲਾ। ਬੋਰਲਾ ਸਰ? ਬੋਰਲਾ, ਹਾਂਜੀ ਸਰ। ਬੋਰਲਾ, ਕੁੜੀਆਂ ਜਿਹੜੀਆਂ ਪੰਜਾਬੀ ਸੂਟ ਪਾਉਂਦੀਆਂ ਨੇ ਜਾਂ ਗਿੱਧੇ ਦੇ ਵਿੱਚ ਹੁੰਦੇ, ਉਹਨੂੰ ਸੱਗੀ ਫੁੱਲ ਕਹਿੰਦੇ ਨੇ। ਹਾਂਜੀ, ਤਾਂ ਇਹਨੂੰ ਕਹਿੰਦੇ ਨੇ ਬੋਰਲਾ। ਬੋਰਲਾ, ਹਾਂਜੀ। ਬੋਰਲਾ, ਕੈਂਠੀ। ਹਾਂਜੀ, ਚਲੋ ਕੰਠੀ। ਚਲੋ ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਕਿਹੜੇ ਗਾਣੇ 'ਤੇ ਪੇਸ਼ ਕਰਨਾ ਜੀ? ਸਰ, ਉਹ ਨੰਦੀ ਕੇ ਵੀਰਾ। ਕਿੱਥੇ ਚੱਲੇ ਹੋ? ਕਿਆ ਨਾਮ ਹੈ ਜੀ? ਯਕਮ ਮੁਰਤਮ। ਯਕਮ ਮੁਰਤਮ, ਕਹਾਂ ਸੇ ਜੀ? ਅਰੁਣਾਚਲ ਪ੍ਰਦੇਸ਼। ਅਰੁਣਾਚਲ ਪ੍ਰਦੇਸ਼, ਕੌਣ ਸੀ ਸਿਟੀ? ਇਟਾਨਗਰ। ਇਟਾਨਗਰ, 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 ਉਹ ਕੈਪੀਟਲ ਹੈ ਅਰੁਣਾਚਲ ਪ੍ਰਦੇਸ਼ ਦੀ। ਜੀ ਸਰ। ਹਾਂਜੀ ਹਾਂਜੀ ਹਾਂਜੀ। ਔਰ ਆਪਕਾ ਕਿਆ ਨਾਮ ਹੈ ਜੀ? ਦੱਕਿਨ ਸਰ। ਹਾਂਜੀ, ਦੱਕਿਨ। ਕਿਹੜਾ? ਦੱਕਿਨ। ਦੱਕਿਨ, ਹਾਂਜੀ। ਅੱਛਾ, ਦੱਕਿਨ, ਦੱਕਿਨ, ਹਾਂਜੀ। ਓਕੇ, ਆਪ ਵੀ ਅਰੁਣਾਚਲ ਸੇ? ਇਟਾਨਗਰ, ਹਾਂਜੀ। ਓਕੇ ਓਕੇ ਓਕੇ, ਬਹੁਤ ਬੜੀਆ, ਬਹੁਤ ਬੜੀਆ ਜੀ। ਕਾਂਟੇ ਬਹੁਤ ਬੜੇ ਹੈ ਇਨਮੇ ਸੇ, ਤੋ ਬੰਦਾ ਨਿਕਲ ਜਾਏਗਾ। ਸਹੀ ਸਟਾਈਲ ਹੈ, ਹੈ ਸਟਾਈਲ ਹੈ, ਸਟਾਈਲ ਹੈ, ਸਟਾਈਲ ਹੈ। ਬਹੁਤ ਬੜੀਆ। ਕੀ ਪੇਸ਼ ਕਰੋਗੇ ਜੀ? ਅਰੁਣਾਚਲ ਡਾਂਸ। ਮੈਂ
ड्रेस को क्या कहते हैं जी? ये गलो ड्रेस है। केड़ा? गलो। गलो। जी सर। ट्रेडिशनल जिदा हमारे कुर्ते पजामे होते हैं ना जी। हाँ जी हाँ जी, वो भी चिट्टे और काले बहुत अच्छे लगते हैं। हाँ जी, आप भी देखो, आपका काला, आपका चिट्टा, मेरा चिट्टा काला। हाँ जी, मैं आपका भाई लग रहा हूँ। चलो बहुत अच्छे है। और घर परिवार सारे, उनको सबको हाय कह दो एक बार, घर वालों को। हाय हाय। तो आपको जैसे हम सत श्री अकाल, नमस्ते, राम राम कहते हैं, आप क्या कहते हो जी? हम लोग ऐसे नहीं बोलते, सिर्फ थैंक्स को फाया लिंचो कहा जाता है। अच्छा जी। और नहीं, जैसे किसी को विश करना हो, जैसे नमस्कार करना हो, नमस्ते करना हो, गुड मॉर्निंग करना हो, तो आपकी अरुणाचल में क्या कहते हैं? ऐसा कुछ भी नहीं करता सिर्फ। अच्छा, आपको बुलाते नहीं वहाँ? नहीं बुलाती है सिर्फ, और नानी, जैसे कि सिस्टर को नानी कहा जाता है। नहीं, 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 आप समझ नहीं रहे मेरी बात। नहीं सर, आप कह रहे हैं ना, जैसे कि जैसे मैं कॉलेज में तो हाय हाय हाँ, हाय हेलो, वो सब हमें नहीं कहते ऐसे। अच्छा, आप नहीं कहते, आप सीधे कहते हो हेलो हैदरा। जैसे कि इसको ये, जैसे कि जैसे कि जैसे कि आप ईटानगर में हो, ये आपको बाजार में मिल गई। हाँ, अब क्या कहोगे इसको? कहां से? अच्छा, सीधा नाम से लेते हो। दा केन, कहां से आए हो? हाँ। ओके ओके। और जब जैसे जैसे रिश्तेदार जब यहाँ जाते हैं वापस मिलने से, हाँ, तो ऐसे कहते हैं राम राम, कहीं पैर ही पड़ गए, ओके थैंक यू, बाय बाय, टाटा। आपके वहाँ? नहीं नहीं, ऐसे फिर कुछ नहीं कहते? मतलब कि ना आन लगे कहते हैं, ना जान लगे कहते हैं? नहीं सर, कुछ नहीं कहते। ओके ओके ओके, चलो बहुत बढ़िया, बहुत बढ़िया। सर आपके साथ एक सेल्फी। हाँ सेल्फी लो जी, कहाँ है फोन? हाँ जी अब लंबा। हाँ जी हाँ जी, हम पंजाब वाले लंबे होते हैं जी, वाह, आपके जैसे हो जाते हैं। बहुत अच्छे। गॉड ब्लेस यू, गॉड ब्लेस यू, गॉड ब्लेस यू, गॉड ब्लेस यू। खुश रहो मेरी तरफ से। आज जब शाम को करोगे ना फोन अरुणाचल प्रदेश, तो सबको हेलो हाय, पर आप तो कहते नहीं हेलो हाय। क्या कहोगे? चलो कुछ कह देना, वो मारा है उसके, आपने उसके चोला मार दिया है। ऐसा मत करो यार, लड़की की आंख काट डालोगे। लगा तो नहीं है? ओके चलो कोई नहीं, कांटे पे लगा है, कांटा इतना बड़ा है, बंदा बीच में से निकल जाता है। चलो कोई नहीं। हाँ जी, आओ आओ आओ, आ भी आ जा, 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 कोई चक्कर नहीं। बल्ले बल्ले, की ना ही हाल है? बढ़िया जी, तेरे भी नहीं कहने हेलो भाई ना? ठीक है, केड़ी क्लास से? एट्थ। अठवीं? बोर्ड दी है? ना ना ना, ना, ठीक है, बढ़िया नहीं आ रही। केड़ा सब तो औखा सब्जेक्ट कड़ा लगता है, सब तो भी जी नहीं करता पढ़ने? मैथ। मैथ कितने नंबर आए हैं उच्च? याद नहीं है। याद नहीं, दसन दसन वाले नहीं ना उन्हें? क्या सुनाओगे? डांस करना है। डांस करना, केड़े गाने ते? गड्डी च बैठे यार सोनिए। तेरे छोटे ब्रेक तक कितना जाए, मिलते हैं जी कि छोटे जी। चलो जी, वेलकम बैक आफ्टर द ब्रेक, कंटिन्यू डी शो च थोड़ा स्वागत है जी। हरियाणा के आए हुए हैं, बबैन के बहुत वधिया हरियाणवी टच है जी। फैकल्टी मैंबर्स नाल गलबात करते हैं, प्रिंसीपल सर, टीचर साहबान सारे आ जाओ जी, आओ जी, आओ आओ जी, आए नू शो दे विच जी, आए नू। तो चेयरमैन सर साडे नाल ने जी, सर नमस्कार जी। नमस्कार सर, तुहाडा शुभ नाम जी? ओमनाथ जी। ओके जी, सर कदों तो चेयरमैन दी कुर्सी सांभी, किद्दां रहा हुण तक दा सफर? 2007 से। ओके जी, कैसा सफर रहा जी अभी तक? बहुत अच्छा, बहुत बढ़िया। ओके जी, आपने खुद कहाँ से पढ़ाई की जी सारी? मैंने पढ़ाई की कुरुक्षेत्र यूनिवर्सिटी से। ओके सर, और 15-20 साल
अमेरिका में लगाए। बहुत अच्छे। 20-25 साल का सफर मेरा यूएसए का रहा। अच्छा 15-20 अमेरिका रहे, 20-25 यूएसए। नहीं नहीं नहीं, नहीं, नहीं। आपने कहा कि 15-20 यूएसए। यूएसए। अच्छा यूएसए, ठीक है जी। अच्छा जी, चलो कैसा रहा जी यूएसए? बहुत बढ़िया, बहुत अच्छा सफर रहा यूएसए। चलो बहुत बढ़िया, आपके थॉट्स जरूर आप बच्चों पे और हम पढ़ाते बढ़िया पढ़ाते होंगे जी। बिल्कुल जी, मैं अपने सारे स्टाफ मेंबर का, सारे उसका बहुत धन्यवादी हूँ और साथ में स्टूडेंट का जिन्होंने आपके प्रोग्राम को पार्टिसिपेट किया। बहुत अच्छा जी, थैंक यू फॉर ऑल ऑफ यू। थैंक यू थोड़ा सर, थैंक यू थोड़ा। ओवर टू यू सर। बहुत हाँ जी, नमस्कार सर जी। नमस्कार सर, नमस्कार। क्या नाम है जी? रुबेल शर्मा। अच्छा तुसी की पढ़ाने हो जी? मैं डायरेक्टर एडमिनिस्ट्रेशन हूँ यहाँ पे। अच्छा जी, हाँ जी। कदों ज्वाइन किया जी? आई हैव जॉइन दिस इंस्टीट्यूट अगस्त 2019। अगस्त दे विच आए? यस यस। ओके जी, कैसा रहा सफर अभी तक? अभी हुणी हुणी आए? हाँ अभी अभी आया। ओके जी, हाँ जी, ठीक है जी। कॉलेज बढ़िया, दिल लग गया जी? बढ़िया जी, बहुत बढ़िया। ओके जी, क्या यंग यूथ को क्या मैसेज दोगे जी? यूथ को सबसे पहले तो हाउ इज द जोश, हाई लगा नहीं है फिर तुम्हें पता होगा थोड़े बच्चे एक बार दोबारा से हाउ इज द जोश हूँ ठीक है जी। हाँ जी, हाँ जी, हाँ जी। खवा दियो जी इन्होंने रोटी अज शाम को, हाँ जी, कितने बेचारे भुखे जान करे। हाँ जी सर, नमस्कार जी। नमस्कार जी, क्या आपका शुभ नाम जी सर? डॉक्टर नीरज सैनी। अच्छा जी, तुसी की सेवा करते हो, सेवा संभालते हो? बस असी इथे कोऑर्डिनेटर हैं। बहुत बढ़िया कह लो। बहुत बढ़िया, बड़ी एकेडमिक डायरेक्टर, बड़ी जिम्मेवारी है तुहाडे ते। गुप्ता सर, सीनियर 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 मोस्ट सर हैं जी, आप अपने एक्सपीरियंस बताओ जी सर, कहाँ कहाँ जॉब की, कहाँ कहाँ सेवाएं निभाई? गुड आफ्टरनून टू एवरीबॉडी। गुड आफ्टरनून सर, गुड आफ्टरनून। फर्स्ट ऑफ ऑल आई वेलकम एंड कंग्रेचुलेट रवनीत जी। थैंक यू सर। हु इज अ सेलिब्रिटी? नहीं नहीं, तुहाडा बच्चा जी। एंड दैट सनी साहब, हाँ जी, हु इज कोऑर्डिनेटिंग, हाँ जी, द अदर पार्ट ऑफ योर प्रोग्राम। हाँ जी, तो थैंक यू वेरी मच फॉर विजिटिंग दी यू। थैंक यू तुहाडा। आई एम प्रिंसिपल हियर। ओके सर। की नाम तुहाडा? अन्नू है सर। हाँ जी, अन्नू। अन्नू जी, हाँ जी, की पेश करोगे जी? डांस करना। केड़े गाने ते जी? चलो कोई नाल दे सपोर्ट कर दे, वधिया गल। आ गया आ गया सारे वीर ने अपने। हां जी, राम राम जी सर। क्या बात है, बगा दे है। और भाई जी ठीक ठाक? कृपा जी, कृपा कृपा बाबे दी। हाँ, परमात्मा दी। या बाबे दी? परमात्मा दी। परमात्मा दी। चलो बढ़िया। की नाम थोड़ा जी? मेरा आशीष सैनी जी। ताड़ा साहब? देव। अच्छा देव जी, देव। की पेश करोगे? एक बोली पानी है जी। हाँ हाँ हाँ। ओ बारी बरसी खटन गया सी, खट के ल्यांदी लोई। हाँ। ओ बारी बरसी खटन गया सी, खट के ल्यांदी लोई। ओ इत्थे सारी कुड़ियां ने 10वीं इन्हां तों पास नहीं होई। हाँ बोलियो, बोली बोली बोली। नहीं नहीं, माइक नहीं। हाँ जी, ना कहते हैं 10वीं ना तो होई नहीं, और बिना 10वीं इतने आ गया। एनु दो काम करते भी हमें ए करूंगा बहस पूरी। हाँ मेरी गल करागी बहस। बोले 10वीं कितने पास नहीं हुई? ले आप दी वेख, मेरी ता छाट तू। कौन है? मैं तो मेडिकल कर कर जदी तो फार्मेसी में बैठा। एक बार ना पट्टी बिना तो काम चल जाए,
ਕੁਝ ਮਾਈਕ ਵਜਾਣਾ ਨੂੰ ਜੇ ਕੁਝ ਬਾਤ ਹੋ ਗਈ ਵਕੀਲ ਬਿਨਾ ਕੰਮ ਕੋਨ ਚੱਲੇ ਅਮ ਐਸੇ ਕੰਮ ਹੀ ਨਹੀਂ ਕਰਦੇ ਤਰਪੇ ਤਾਂ ਤੇਰੇ ਕੰਮ ਹੋ ਰੇ ਤੇਰੇ ਕੇਸ ਤੋਂ ਕੋਲੀ ਜੇ ਮੈਂ ਇਤਨੇ ਹੋ ਜਾ ਬਾਹਰ ਤੋਂ ਕੇ ਗਿਣਵਾਗਾ ਇਹ ਵੀ ਜੇ ਤੇਰਾ ਵਿਆਹ ਹੋਗਾ ਅੱਛਾ ਤੇਰੀ ਸੱਸ ਤੂੰ ਤੇਰਾ ਸਿਰ ਖਾਵਾਗੀ ਤੇ ਇਹਦੀ ਮੇਰੇ ਸਿਰ ਦੁੱਖਾ ਬੱਟ ਲੈਣ ਦਾ ਪਰ ਪਈ ਆ ਲਈ अपनी बहू खातरे बात बता रहे हैं बहू खातर किस तरह क्या था तेरी बहू की गई सासू को नहीं कौन सी सासू तो आगी लेकर बैठ रहा फिर जरूरत तो उन्हें भी पड़ेगी नहीं डॉक्टर की नहीं पड़नेगी ना डॉक्टर उस फिर उसका बटे डॉक्टर को नहीं नाम हट जाएगा क्या था डॉक्टर देव हट जाएगा ना ना देव डॉक्टर हट जाएगा टिक्के लाने हम बैठे दवाई देने वाले हम बैठे के जरूरत तो उन्हें डॉक्टर की अरे कल ना तू उस गला लड़ गया रूने तो तत तलाक चाहिएगा फिर मारी लोड को नहीं पड़ेगा उन्हें तो नहीं पड़ती मेरा जीजा वकील साहब यू देखो और क्या तो गया ना वकील पे चीजा हो चा साला आया तो वकील पे गया चलो बहुत बढ़िया गॉड ब्लेस यू लड़ाना करो बहुत बढ़िया शो थैंक यू सो मच गॉड ब्लेस यू हेलो जी सत श्री अकाल जी की नाम थोड़ा सर श्वेता ओके जी कितों बिलोंग करते हो जी सर बबैन से अच्छा जी क्या पेश करोगे जी क्या सुनाओगे सर डांस करना है आपके साथ अच्छा केड़े गाने पे जी वंग दा नाप अच्छा वंग दा नाप लाओ जी मैं थोड़ा अपना रवनीत थैंक यू सो मच तुम शो में इन्ना प्यार करते हो नाल दे नाल MH1 कंटीन्यू मंडीर के इस यूट्यूब चैनल तुम सबसक्राइब कर लो नाले बैल आइकन जरूर प्रेस कर लो ताकि अगले शोज़ की जी नोटिफिकेशन है वो तुम्हें मिल जाए सत श्री अकाल जी